ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਵਿੱਚ ਜੁੜ ਮਿਲ ਬੈਠੇ ਸਤਸੰਗੀ ਪਿਆਰਿਓ, ਅਦਬ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਭਾਈ ਨਰਿੰਦਰ ਸਿੰਘ ਜੀ ਬੜੇ ਪਿਆਰ ਵਿੱਚ ਭਿੱਜ ਕੇ ਉਹਨਾਂ ਨੇ ਸ਼ਬਦ ਸਾਨੂੰ ਸਰਵਣ ਕਰਵਾਇਆ। ਉਸੇ ਸ਼ਬਦ ਦੀ ਵਿਆਖਿਆ ਦੱਸ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ। ਮੈਂ ਇੱਕ ਬੇਨਤੀ ਕਰਾਂਗਾ, ਜ਼ਰੂਰ ਵੀ ਆਪਾਂ ਇਕਾਗਰਤਾ ਜ਼ਰੂਰ ਬਣਾ ਕੇ ਰੱਖਿਓ, ਜਿਤਨਾ ਵੀ ਸਮਾਂ ਆਪਾਂ ਲਵਾਂਗੇ। ਸ਼ਬਦ ਦੀ ਜਿਹੜੀ ਰਹਾਉ ਵਾਲੀ ਜਾਂ ਟੇਕ ਹੈ, ਪੋਤਾ ਮਾਤਾ ਕੀ ਅਸੀਸ। ਹੇ ਬੱਚੇ, ਹੇ ਪੁੱਤਰ, ਮਾਂ ਦੀ ਅਸੀਸ ਹੈ। ਅਸੀਸ ਸ਼ਬਦ ਬੜਾ ਪਿਆਰਾ ਹੈ। ਅਸੀਸ ਉਦੋਂ ਮਿਲਦੀ ਹੈ ਜਦੋਂ ਲਾਇਕ ਹੋ ਜਾਏ, ਜੀਵਨ ਵਧੀਆ ਹੋ ਜਾਏ। ਮਾਤਾ ਪਿਤਾ ਦੀ ਹਰ ਚੀਜ਼ ਦੇ ਉੱਤੇ ਬੱਚਿਆਂ ਦਾ ਹੱਕ ਹੁੰਦਾ ਹੈ। ਨਾਮ ਵੀ ਮਾਤਾ ਪਿਤਾ ਦੇਣ 'ਤੇ ਕਈ ਵਾਰੀ ਅਸੀਂ ਅਦਾਲਤੀ ਦਰਵਾਜ਼ੇ ਖੜਕਾ ਕੇ ਲੈ ਲੈਂਦੇ ਹਾਂ, ਪਰ ਅੱਜ ਤੱਕ ਕਦੇ ਕਿਸੇ ਨੇ ਕੇਸ ਨਹੀਂ ਕੀਤਾ ਵੀ ਮੈਨੂੰ ਮੇਰੇ ਮਾਂ ਬਾਪ ਅਸੀਸ ਨਹੀਂ ਦਿੰਦੇ, ਉਹਦਾ ਮੈਂ ਕੇਸ ਕਰ ਸਕਾਂ। ਕਿਉਂਕਿ ਅਸੀਸ ਕੋਈ ਦਵਾ ਨਹੀਂ ਸਕਦਾ, ਅਸੀਸ ਤਾਂ ਲੈਣੀ ਪੈਂਦੀ, ਆਪ ਲਾਇਕ ਬਣਨਾ ਪੈਂਦਾ। ਪਰਿਵਾਰ ਨੂੰ ਮਾਲਕ ਨੇ ਲਮੇਰੇ ਸਮੇਂ ਦੀ ਉਡੀਕ ਮਗਰੋਂ ਦੋ ਬੱਚਿਆਂ ਦੀ ਦਾਤ ਝੋਲੀ ਪਾਈ, ਅੱਜ ਲੈ ਕੇ ਗੁਰੂ ਚਰਨਾਂ ਵਿੱਚ ਆਏ ਹੈ। ਗੁਰੂ ਦਰ ਤੋਂ ਆ ਕੇ ਇੱਕ ਬੇਨਤੀ ਕਰਨ ਲੱਗੇ, ਸਤਿਗੁਰੂ ਜੀ ਕਿਰਪਾ ਕਰੋ, ਉਹ ਵਾਲੀ ਅਸੀਸ ਜਿਹੜੀ ਗੁਰੂ ਮਾਂ ਦੀ ਅਸੀਸ ਹੈ ਉਹ ਬਖਸ਼ਿਸ਼ ਕਰੋ। ਕਿਉਂਕਿ ਸਾਡੀਆਂ ਤੁਹਾਡੀਆਂ ਅਸੀਸਾਂ ਕੋਈ ਬਹੁਤੀਆਂ ਪਾਏਦਾਰ ਨਹੀਂ ਹੁੰਦੀਆਂ, ਕਿਉਂਕਿ ਹੁਣ ਮੇਰਾ ਜੀਵਨ ਹੈ ਅਤੇ ਮੇਰੇ ਜੀਵਨ 'ਚ ਹੀ ₹5 ਹੋਣ 'ਤੇ ਮੈਂ $5 ਹੋਣ 'ਤੇ ਕਿਸੇ ਨੂੰ ਕੀ ਦੇ ਸਕਦਾ, ਮੇਰੀ ਵੈਲਿਊ ਹੀ ਨਹੀਂ ਹੋਵੇ। ਇਹ ਤਾਂ ਸਰਬ ਕਲਾ ਸਮਰੱਥ ਹੈ ਨਾ, ਅਸੀਂ ਇਹਦੇ ਕੋਲੋਂ ਅਸੀਸ ਲੈਣ ਵਾਸਤੇ ਆਏ। ਸਮਾਂ ਨੇੜੇ ਹੈ, ਮੈਂ ਨਿੱਕੀ ਨਿੱਕੀ ਗੱਲ ਕਰਾਂ। ਮੈਂ ਅੱਜ ਤੁਹਾਡੇ ਦਰ ਤੋਂ ਅਸੀਸ ਲੈਣ ਆਇਆ ਅਤੇ ਗੁਰੂ ਮਾਂ ਸਾਨੂੰ ਅਸੀਸ ਦੇ ਰਹੀ ਹੈ, ਪੁੱਤਾ ਮਾਤਾ ਕੀ ਅਸੀਸ। ਮਾਂ ਦੀ ਅਸੀਸ ਹੈ ਕਿ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਇੱਕ ਜੀਵਨ ਉਹ ਹੈ ਸਾਡੀਆਂ ਨਜ਼ਰਾਂ 'ਚ ਜਿਹੜਾ ਖਾਣਾ ਪੀਣਾ ਤੁਰਨਾ ਫਿਰਨਾ ਸਾਹ ਲੈਣਾ ਹੱਸਣਾ ਬੋਲਣਾ ਇਹ ਜੀਵਨ ਹੈ।
ਦੂਜਾ ਗੁਰੂ ਦੀਆਂ ਨਜ਼ਰਾਂ ਵਿੱਚ ਜੀਵਨ ਹੈ ਵੀ ਜਿਹਨੂੰ ਕਦੇ ਰੱਬ ਦੀ ਯਾਦ ਨਹੀਂ ਭੁੱਲਦੀ, ਇੱਕੋ ਜੀਵਨ ਹੈ। ਆਖਾਂ ਜੀਵਾਂ ਵਿਸਰੇ ਮਰ ਜਾਊਂ। ਔਰ ਯਾਦ ਰੱਖਿਓ, ਉਹ ਵਾਲਾ ਜੀਵਨ ਬਹੁਤ ਕੀਮਤੀ ਹੁੰਦਾ, ਉਹ ਜ਼ਮੀਰ ਦਾ ਜੀਵਨ ਹੁੰਦਾ, ਉਹ ਅੰਦਰੂਨੀ ਜੀਵਨ ਹੁੰਦਾ, ਅਧਿਆਤਮਕ ਜੀਵਨ ਹੁੰਦਾ। ਦੁਨਿਆਵੀ ਤੌਰ 'ਤੇ ਕਈ ਵਾਰੀ ਔਖ ਸੌਖ ਆ ਵੀ ਜਾਵੇ, ਅਧਿਆਤਮਕ ਜੀਵਨ ਚੜ੍ਹਦੀ ਕਲਾ 'ਚ ਹੋਵੇ ਤਾਂ ਮਨੁੱਖ ਦੇ ਜੀਵਨ ਵਿੱਚ ਔਖੀ ਘੜੀ ਵੀ ਸੌਖੀ ਬਣ ਜਾਂਦੀ ਹੈ। ਨਿਮਕ ਨਾ ਵਿਸਰੋ ਤੁਮਕੋ ਹਰ ਹਰ, ਇਹ ਗੁਰੂ ਗ੍ਰੰਥ ਸਾਹਿਬ ਰੂਪੀ ਮਾਂ ਸਾਨੂੰ ਅਸੀਸ ਦੇ ਰਹੀ ਹੈ, ਤੁਹਾਨੂੰ ਕਦੇ ਰੱਬ ਨਾ ਭੁੱਲੇ। ਸਦਾ ਭਜੋ ਜਗਦੀਸ਼, ਸਦੀਵ ਕਾਲ ਸਦਾ ਹੀ ਕਿਹਨੂੰ ਭਜਣਾ? ਜਗਤ ਈਸ਼, ਦੋ ਸ਼ਬਦਾਂ ਦਾ ਮੇਲ ਹੈ। ਜਗਦੀਸ਼, ਈਸ਼ ਦਾ ਮਤਲਬ ਹੁੰਦਾ ਹੈ ਮਾਲਕ, ਜਗ ਦਾ ਮਤਲਬ ਹੈ ਜਗਤ ਸੰਸਾਰ, ਜਗਦੀਸ਼ ਦਾ ਮਤਲਬ ਹੋਇਆ ਜਗਤ ਦਾ ਈਸ਼, ਸਾਰੇ ਸੰਸਾਰ ਦਾ ਮਾਲਕ। ਤੁਸੀਂ ਉਹਨੂੰ ਭਜਿਓ, ਉਹ ਤੁਹਾਨੂੰ ਕਦੇ ਨਾ ਭੁੱਲੇ, ਉਹ ਪਰਮੇਸ਼ਰ ਕਦੇ ਨਾ ਭੁੱਲੇ। ਪਹਿਲੀਆਂ ਪੰਕਤੀਆਂ ਨੇ, ਜਿਸ ਸਿਮਰਤ ਸਭ ਕਿਲਬਿਖ ਨਾਸੈ, ਪਿੱਤਰੀ ਹੋਏ ਉਧਾਰੋ। ਉਹਦੇ ਸਿਮਰਨ ਵਿੱਚ ਕੀ ਖੂਬੀ ਹੈ, ਉਹਦੀ ਯਾਦ ਵਿੱਚ ਕੀ ਖੂਬੀ ਹੈ? ਜ਼ਿੰਦ ਕਿਲਬਿਖ ਦਾ ਅਰਥ ਹੁੰਦਾ ਬੱਜਰ ਪਾਪ, ਬਹੁਤ ਵੱਡੇ ਪਾਪ। ਜਿਸ ਸਿਮਰਤ ਸਭ ਕਿਲਬਿਖ ਨਾਸੈ, ਜਿਹਦੀ ਇਬਾਦਤ ਕਰਿਆ ਜੀਵਨ ਵਿੱਚੋਂ ਵੱਡੇ ਤੋਂ ਵੱਡੇ ਪਾਪ ਖਤਮ ਹੋ ਜਾਣ ਅਤੇ ਮਨੁੱਖ ਸਰਾਹ ਦਾ ਪਾਂਧੀ ਨਾ ਬਣੇ, ਜੀਵਨ ਪਵਿੱਤਰ ਹੋ ਜਾਏ, ਉਹ ਅਸੀਸ। ਜਿਸ ਸਿਮਰਤ ਸਭ ਕਿਲਬਿਖ ਨਾਸੈ, ਪਿੱਤਰੀ ਹੋਏ ਉਧਾਰੋ। ਤੁਹਾਡੇ ਮਾਤਾ ਪਿਤਾ ਦੇ ਨਾਮ ਨੂੰ ਵੀ ਲੋਕ ਅਦਬ ਸਤਿਕਾਰ ਨਾਲ ਦੇਖਣ ਲੱਗ ਪੈਣ, ਉਹਦੇ ਮਾਤਾ ਪਿਤਾ ਦੇ ਨਾਂ ਨੂੰ ਵੀ ਸੰਸਾਰ ਅਦਬ ਦੀ ਨਜ਼ਰ ਨਾਲ ਦੇਖਣ ਲੱਗ ਜਾਏ, ਪਿੱਤਰੀ ਹੋਏ ਉਧਾਰੋ। ਸੋ ਹਰ ਹਰ ਤੁਮ ਸਦਗੀ ਜਾਪੋ, ਸੋ ਦਾ ਮਤਲਬ ਉਹ ਵਾਲਾ ਪਰਮੇਸ਼ੁਰ ਜਿਹਦੇ 'ਚ ਗੁਣ ਨੇ, ਤੁਮ ਸਦਗੀ ਜਾਪੋ, ਸਦਾ ਹੀ ਉਹਦੀ ਯਾਦ ਵਿੱਚ ਜੁੜਨਾ। ਜਾਂ ਕਾ ਅੰਤ ਨਾ ਪਾਰੋ, ਜਿਹਦਾ ਪਾਰਾ ਬਾਰ ਨਹੀਂ ਪਾਇਆ ਜਾ ਸਕਦਾ। ਹੁਣ ਮਾਂ ਕੁਝ ਆਪਣੇ ਪੁੱਤ ਲਈ ਹੋਰ ਅਸੀਸਾਂ ਦੇ ਰਹੀ ਹੈ, ਅਗਲੀਆਂ ਅਸੀਸਾਂ ਨੇ। ਸਤਿਗੁਰ ਤੁਮ ਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ। ਕਹਿੰਦੇ ਪੁੱਤਰ ਜੀ, ਤੁਹਾਡੇ ਉੱਤੇ ਸਤਿਗੁਰੂ ਦੀ ਦਿਆਲਤਾ ਬਣ ਜਾਏ, ਸਤਿਗੁਰੂ ਜੀ ਦੀ ਰਹਿਮਤ ਬਣ ਜਾਏ। ਇੱਕ ਪੁਰਾਣੇ ਸਮੇਂ 'ਚ ਜੋਗੀ ਹੋਇਆ, ਉਹਦਾ ਨਾਂ ਗੋਪੀਨਾਥ ਸੀ। ਜਦੋਂ ਚੇਲਾ ਬਣਿਆ, ਰਾਜਾ ਸੀ ਉਹ ਜਦੋਂ ਚੇਲਾ ਬਣਿਆ, ਜੋਗੀ ਬਣਿਆ, ਅਤੇ ਜੋਗੀਆਂ ਵਿੱਚ ਇਹ ਗੱਲ ਹੁੰਦੀ ਵੀ ਪਹਿਲਾਂ ਆਪਣੇ ਹੀ ਘਰਾਂ ਤੋਂ ਮੰਗ ਕੇ ਲੈ ਕੇ ਆਓ ਤਾਂ ਕਿ ਤੁਹਾਡੇ ਮਨਾਂ ਵਿੱਚ ਉਹ ਭਾਵ ਖਤਮ ਹੋ ਜਾਏ ਵੀ ਮੈਂ ਕਦੇ ਰਾਜਾ ਸੀ। ਉਹ ਜਦੋਂ ਗੋਪੀਨਾਥ ਮੰਗਦਾ ਹੈ, ਘਰ ਵਾਲੀਆਂ ਦੇ ਬੂਹੇ ਗਿਆ, ਹੋਰਾਂ ਦੇ ਬੂਹੇ ਗਿਆ, ਉਹਨਾਂ ਹੀਰੇ ਮੋਤੀ ਸੋਨਾ ਚਾਂਦੀ ਕਈ ਕੁਛ ਉਹਨਾਂ ਨੂੰ ਭੇਟਾ ਕੀਤਾ, ਪਰ ਜਦੋਂ ਮਾਂ ਦੇ ਬੂਹੇ 'ਤੇ ਗਿਆ, ਮਾਂ ਖਾਲੀ ਹੱਥ ਖੜੀ ਹੈ। ਉਹ ਬੜਾ ਹੈਰਾਨ ਹੋਇਆ ਭਈ ਮਾਂ 'ਤੇ ਜਦੋਂ ਮੈਂ ਚੱਲਿਆ ਸੰਜੋਗੀ ਬਣ, ਰੋ ਰੋ ਕੇ ਧਾਹਾਂ ਮਾਰ ਮਾਰ ਕੇ ਸਾਂਭਿਆ ਨਹੀਂ ਸੀ ਜਾਂਦਾ ਇਹਦੇ ਕੋਲੋਂ, ਅਤੇ ਅੱਜ ਖਾਲੀ ਹੱਥ ਖੜੀ ਹੈ, ਮਾਂ ਦੇ ਕੋਲ ਕੁਛ ਵੀ ਨਹੀਂ ਹੈ ਮੇਰੇ ਕੋਲ ਦੇਣ ਜੋਗਾ। ਆਖਰ ਮਾਂ ਇੱਕ ਗੱਲ ਕਹਿਣ ਲੱਗੀ, ਕਹਿੰਦੀ ਪੁੱਤ, ਜਿਹੜੇ ਹੀਰੇ ਮੋਤੀ ਸਾਰਾ ਕੁਛ ਤੁਹਾਨੂੰ ਦਿੱਤਾ ਹੈ ਨਾ, ਇਹ ਤਾਂ ਉਹਨਾਂ ਨੇ ਜੋਗੀਆਂ ਨੇ ਵੰਡ ਲੈਣਾ ਅੱਗੇ ਜਾ ਕੇ, ਪਰ ਮੈਂ ਤੈਨੂੰ ਉਹ ਚੀਜ਼ ਦੇਣ ਲੱਗੀ ਜਿਹੜੀ ਜ਼ਿੰਦਗੀ ਭਰ ਤੇਰੇ ਕੋਲ ਰਹੇਗੀ, ਉਹਨੂੰ ਵੰਡੇਗਾ ਵੀ ਜਦ ਵੀ ਤੇਰੇ ਕੋਲੋਂ ਨਹੀਂ ਖਤਮ ਹੋਏਗੀ। ਮੈਂ ਪੁੱਤ ਤੈਨੂੰ ਅਸੀਸ ਦੇਣ ਲੱਗੀ ਹਾਂ। ਮੇਰੀਆਂ ਤਿੰਨ ਗੱਲਾਂ ਚੇਤੇ ਰੱਖੀ ਜੀਵਨ ਵਿੱਚ ਜੇ ਜੋਗੀ ਬਣਿਆ। ਨੰਬਰ ਇੱਕ, ਬਹੁਤ ਵਧੀਆ ਸ਼ਾਹੀ ਮਹੱਲ ਵਿੱਚ ਰਵੀਂ। ਦੂਜੀ ਗੱਲ ਹੈ ਪੁੱਤ,
ਤੂੰ ਬਹੁਤ ਵਧੀਆ 36 ਪ੍ਰਕਾਰ ਦਾ ਖਾਣਾ ਖਾਈ। ਤੀਜੀ ਗੱਲ ਪੁੱਤ, ਤੂੰ ਅੱਤ ਦਾ ਅੱਤ ਦੇ ਸੁੱਖਾਂ ਭਰੇ ਬਿਸਤਰੇ 'ਚ ਸੌਵੀਂ, ਜਿਹੜਾ ਬਹੁਤ ਵਧੀਆ ਬਿਸਤਰਾ ਹੋਵੇ ਦੁਨੀਆ ਦਾ ਕੀਮਤੀ। ਉਹ ਕਹਿਣ ਲੱਗਿਆ, ਮਾਂ ਤੇ ਮੈਨੂੰ ਲੱਗਦਾ ਵੀ ਤੂੰ ਪੁੱਤ ਨੂੰ ਤੋਰ ਕੇ ਦਿਮਾਗੀ ਤੌਰ 'ਤੇ ਸਥਿਰ ਨਹੀਂ ਰਹੀ। ਮੈਂ ਜੋਗੀ ਬਣਿਆ, ਮੈਂ ਤਾਂ ਮਹੱਲ ਛੱਡ ਕੇ ਚੱਲਿਆ, ਮੈਂ ਕੀਮਤੀ ਮਹੱਲ ਵਿੱਚ ਕਿਵੇਂ ਰਵਾਂਗਾ? ਮੈਂ ਤਾਂ ਬਿਸਤਰੇ ਛੱਡ ਕੇ ਚੱਲਿਆ, ਮੈਂ ਤਾਂ ਧਰਤੀ 'ਤੇ ਸੌਣਾ, ਮੈਂ ਤਾਂ ਪ੍ਰਸ਼ਾਦਾ ਪਾਣੀ ਛੱਡ ਕੇ ਚੱਲਿਆ, ਜੰਗਲਾਂ ਦੀਆਂ ਜੜ੍ਹਾਂ ਬੂਟੀਆਂ ਖਾ ਕੇ ਗੁਜ਼ਾਰਾ ਕਰਨਾ, ਮੇਰੀ ਜ਼ਿੰਦਗੀ 'ਚ ਕਿੱਥੇ ਆਉਣੇ ਨੇ? ਤੂੰ ਕਿਹੋ ਜਿਹੀਆਂ ਗੱਲਾਂ ਕਰਨੀ? ਕਹਿਣ ਲੱਗੇ, ਨਹੀਂ ਪੁੱਤ, ਸਮਝਿਆ ਨਹੀਂ, ਮੈਂ ਤੈਨੂੰ ਅਸੀਸ ਦੇਣੀ ਹੈ, ਤੇਰੇ ਦੁਆਲੇ ਰੱਬ ਦੀ ਬਖਸ਼ਿਸ਼ ਦਾ ਇਹੋ ਜਿਹਾ ਮਹੱਲ ਬਣ ਜਾਏ ਜਿਹਦੇ ਵਿੱਚੋਂ ਕਦੇ ਕੋਈ ਨਿਰਾਸ਼ ਨਾ ਜਾਵੇ ਅਤੇ ਤੈਨੂੰ ਤਤੀਵਾ ਨਾ ਲੱਗੇ, ਉਸ ਮਹੱਲ 'ਚ ਤੂੰ ਰਵੇਂ। ਪ੍ਰਸ਼ਾਦਾ ਪਾਣੀ ਰੱਜ ਕੇ ਖਾਵੀਂ ਦਾ ਅਰਥ ਹੈ ਪੁੱਤ, ਵੇ ਆਮ ਲੋਕ ਤਾਂ ਖਾਣ ਲਈ ਜਿਉਂਦੇ ਨੇ, ਤੂੰ ਇਵੇਂ ਦਾ ਜੀਵੀ ਜਦੋਂ ਸੁੱਕੀਆਂ ਰੋਟੀਆਂ ਵੀ ਖਾਵੇਂ ਤੈਨੂੰ ਅੰਮ੍ਰਿਤ ਵਰਗਾ ਸਵਾਦ ਆਵੇ, 36 ਪਦਾਰਥਾਂ ਵਰਗਾ ਵਿੱਚੋਂ ਰਸ ਆਵੇ। ਤੀਜੀ ਗੱਲ ਪੁੱਤ, ਵੇ ਤੂੰ ਬਹੁਤ ਸੁੱਖਾਂ ਭਰੇ ਬਿਸਤਰੇ 'ਤੇ ਸੌਣ ਦਾ ਅਰਥ ਹੈ ਜਦੋਂ ਤੈਨੂੰ ਅੱਤ ਦੀ ਨੀਂਦ ਸਤਾਵੇ ਵੀ ਹੁਣ ਮੇਰਾ ਜਾਗਣਾ ਹੀ ਔਖਾ ਹੈ, ਅਤੇ ਉਦੋਂ ਸੌਂ ਜਾਈ, ਉਦੋਂ ਭਾਵੇਂ ਜਿੱਥੇ ਮਰਜ਼ੀ ਸੌਂ ਜਾਈ ਤੈਨੂੰ ਕੀਮਤੀ ਤੋਂ ਕੀਮਤੀ ਬਿਸਤਰਿਆਂ ਵਰਗੀ ਨੀਂਦ ਆਏਗੀ। ਉਹਨੇ ਅੱਜ ਵੀ ਮਾਂ ਦੇ ਪੈਰੀਂ ਹੱਥ ਲਾਏ, ਕਹਿਣ ਲੱਗੇ, ਮਾਂ ਜਿਹੜੀ ਜੋਗੀ ਵੀ ਅਸੀਸ ਨਹੀਂ ਦੇ ਸਕਦੇ ਤੂੰ ਮੈਨੂੰ ਉਹ ਦਿੱਤੀ ਹੈ। ਗੁਰੂ ਸਾਹਿਬ ਜੀ ਅਸੀਸ ਦੇ ਰਹੇ ਨੇ, ਸਤਿਗੁਰ ਤੁਮਕੋ ਹੋਏ ਦਿਆਲਾ, ਸਤਿਗੁਰੂ ਦੀ ਦਿਆਲਤਾ ਤੁਹਾਡੇ 'ਤੇ ਸਦਾ ਹੀ ਰਵੇ ਇਹਨਾਂ ਬੱਚੀਆਂ 'ਤੇ। ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਪ੍ਰੀਤ ਕਿੱਥੇ ਜੁੜੇ? ਨੇਕ ਲੋਕਾਂ ਕੋਲ, ਸ਼ੁਭ ਗੁਰਮੁਖਾਂ ਦੀ ਸੰਗਤ ਵਿੱਚ ਪ੍ਰੀਤ ਜੁੜ ਜਾਏ। ਸੰਤ ਸੰਗ ਤੇਰੀ ਪ੍ਰੀਤ, ਕਾਪੜ ਪੱਤ ਪਰਮੇਸ਼ਰ ਰਾਖੀ। ਕੱਪੜੇ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਜਿਹੜੇ ਤਨ ਨੂੰ ਢੱਕਦੇ ਨੇ, ਇੱਕ ਜਿਹੜੇ ਮਨ ਨੂੰ ਢੱਕਦੇ ਨੇ। ਜਿਹੜੇ ਤਨ ਨੂੰ ਢੱਕਦੇ ਨੇ ਉਹ ਕਿਤੋਂ ਵੀ ਮਿਲ ਜਾਂਦੇ ਨੇ। ਅੱਜ ਕੱਲ੍ਹ ਤੁਸੀਂ ਸਮਝਦੇ ਹੋ ਬੱਚੇ, ਆਪਾਂ ਗ੍ਰਿਸਤੀ ਜਾਂ ਬ੍ਰਾਂਡ ਪਹਿਨਦੇ ਨੇ, ਉਹ ਕਿਤੋਂ ਵੀ ਮਹਿੰਗੇ ਤੋਂ ਮਹਿੰਗੇ ਮਿਲ ਸਕਦੇ ਨੇ, ਪਰ ਇੱਕ ਕੱਪੜਾ ਇੱਕੋ ਹੀ ਦੁਕਾਨ ਤੋਂ ਮਿਲਦਾ, ਉਹ ਕੱਪੜਾ ਉਹ ਹੈ ਪ੍ਰੇਮ ਪਟੋਲਾ, ਤੈ ਸ਼ਹਿ ਦਿੱਤਾ ਢੱਕਣ ਕੋ ਪੱਤ ਮੇਰੀ, ਦਾਨਾ ਬੀਨਾ ਸਾਈ ਮਹਿੰਦਾ, ਨਾਨਕ ਸਾਰ ਨਾ ਜਾਣਾ ਤੇਰੀ। ਸਤਿਗੁਰੂ ਅੱਜ ਕਿਰਪਾ ਕਰਿਓ, ਜੇ ਇਹੋ ਜਿਹੇ ਕੱਪੜੇ ਬਖਸ਼ਿਸ਼ ਕਰਿਓ ਜਿਹੜੇ ਤਨ ਦੇ ਨਾਲ ਨਾਲ ਮਨ ਨੂੰ ਵੀ ਢੱਕ ਲੈਣ, ਮਨ ਦੇ ਅੰਦਰ ਵੀ ਪਰਦਾ ਪਾ ਕੇ ਰੱਖਣ, ਮਨ ਵਿਕਾਰਾਂ ਵਾਲੇ ਪਾਸੇ ਨਾ ਜਾਵੇ, ਇਹੋ ਜਿਹੀ ਰਹਿਮਤ ਬਖਸ਼ਿਸ਼ ਕਰਿਓ। ਮੈਨੂੰ ਉਹ ਕੱਪੜਾ ਦਿਓ, ਅਤੇ ਉਹ ਕੱਪੜਾ ਬਾਹਰੋਂ ਨਹੀਂ ਮਿਲਦਾ, ਉਹ ਕੇਵਲ ਗੁਰੂ ਦੇ ਘਰ ਤੋਂ ਮਿਲਦਾ। ਤੈਂਡੇ ਸਿਮਰਨ ਹਬ ਕਿਛ ਲਦਮ, ਬਿਕਮ ਨਾ ਡਿਠਮ ਕੋਈ, ਜਿਸ ਪੱਤ ਰੱਖੇ ਸੱਚਾ ਸਾਹਿਬ, ਨਾਨਕ ਮੇਟ ਨਾ ਸਕੇ ਕੋਈ। ਸਤਿਗੁਰੂ ਇਹੋ ਜਿਹਾ ਵਧੀਆ ਜੀਵਨ ਬਖਸ਼ਿਸ਼ ਕਰਿਓ। ਇਸ ਬੱਚੀ ਵਿੱਚੋਂ, ਇਹਨਾਂ ਬੱਚੀਆਂ ਵਿੱਚੋਂ ਬੀਬੀ ਅਮਰੋ ਜੀ ਵਰਗੀ ਝਲਕ ਆਵੇ, ਜਿਹੜੀ ਕਿਸੇ ਅਮਰੂ ਨਿਥਾਵੇਂ ਨੂੰ ਗੁਰੂ ਅਮਰਦਾਸ ਬਣਾ ਸਕਦੀ ਹੈ। ਇਹਨਾਂ ਬੱਚੀਆਂ ਵਿੱਚੋਂ ਬੀਬੀ ਭਾਨੀ ਜੀ ਵਰਗਾ ਜੀਵਨ ਦੀ ਖੁਸ਼ਬੋ ਆਵੇ, ਜਿਹਦੇ ਦੁਆਲੇ ਸਿੱਖੀ ਸਾਰੀ ਪਰਿਕਰਮਾ ਕਰਦੀ ਹੈ। ਸਤਿਗੁਰੂ ਜੀ ਕਿਰਪਾ ਕਰਿਓ, ਇਹਨਾਂ ਬੱਚੀਆਂ ਵਿੱਚੋਂ ਮਾਤਾ ਗੰਗਾ ਜੀ ਦੇ ਜੀਵਨ ਵਰਗੀ ਖੁਸ਼ਬੋ ਆਵੇ, ਜਿਹਦੇ ਘਰ ਦੇ ਵਿੱਚੋਂ ਸਿੱਖੀ ਦੀ ਸਦਾ ਹੀ ਲਹਿਰਾਂ ਵਰਤਦੀਆਂ ਨੇ, ਇਹਦੇ ਵਿੱਚੋਂ ਮਾਤਾ ਭਾਗੋ ਵਰਗੀ ਖੁਸ਼ਬੋ ਆਵੇ।
ਹੋਵੇ, ਇਹਨਾਂ ਵਿੱਚੋਂ ਬੀਬੀ ਹਰਸ਼ਰਨ ਕੌਰ ਵਰਗੀ ਆਵਾਜ਼ ਆਵੇ, ਇਹਨਾਂ ਵਿੱਚੋਂ ਮਾਂ ਗੁਜਰੀ ਦਾ ਹੱਥ ਇਹਨਾਂ ਦੇ ਸਿਰ 'ਤੇ ਹੋਵੇ, ਅੱਜ ਇੱਕ ਕਿਰਪਾ ਕਰਿਓ ਜਿਵੇਂ ਉਹ ਦਾਤ ਲੈਣ ਵਾਸਤੇ ਤੁਹਾਡੀ ਝੋਲੀ ਅੱਡ ਕੇ ਤੁਹਾਡੀ ਦਰ 'ਤੇ ਆਇਆ। ਮਾਲਕ ਜੀ ਰਹਿਮਤ ਬਖਸ਼ਿਸ਼ ਕਰਿਓ, ਇਹਨਾਂ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖੋ। ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪੱਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਕੱਪੜਾ ਉਹ ਮਿਲੇ ਜਿਹੜਾ ਅੰਦਰਲੇ ਮਨ ਨੂੰ ਵੀ ਕਜ ਲਵੇ, ਅਤੇ ਭੋਜਨ ਉਹ ਮਿਲੇ ਕੀਰਤਨ ਨੀਤ। ਆਹ ਦੁਨਿਆਵੀ ਭੋਜਨ ਤਾਂ ਰੈਸਟੋਰੈਂਟਾਂ 'ਤੇ ਵੀ ਮਿਲ ਜਾਂਦਾ ਹੈ, ਪਰ ਪਿਆਰ ਵਾਲਿਓ ਜਿਹੜਾ ਥਾਲ ਵਿੱਚ ਤਿੰਨ ਵਸਤੂ ਪਈ ਹੋ, ਇਹ ਆਮ ਨਹੀਂ ਜੇ ਮਿਲਣੀ, ਕਿਉਂਕਿ ਇਹਨੂੰ ਕੋਈ ਬਣਾ ਨਹੀਂ ਸਕਦਾ। ਖਾਣਾ ਤਿੰਨ ਤਰੀਕਿਆਂ ਨਾਲ ਬਣਦਾ, ਤੁਹਾਨੂੰ ਪਤਾ ਹੈ ਮੇਰੇ ਨਾਲ ਵੱਧ। ਨੰਬਰ ਇੱਕ, ਕੁਝ ਖਾਣਾ ਅਸੀਂ ਪਤੀਲਿਆਂ 'ਚ ਬਣਾਉਂਦੇ ਹਾਂ, ਕੁਝ ਖਾਣਾ ਅਸੀਂ ਤਵੀਆਂ 'ਤੇ ਬਣਾਉਂਦੇ ਹਾਂ, ਅਤੇ ਕੁਝ ਖਾਣਾ ਅਸੀਂ ਕਿਸੇ ਤਰੀਕੇ ਉਹਨੂੰ ਭੁੰਨ ਲੈਂਦੇ ਹਾਂ। ਅਤੇ ਯਾਦ ਰੱਖਿਓ, ਗੁਰੂ ਸਾਹਿਬ ਨੇ ਤਿੰਨੇ ਦਾਤਾਂ ਸਾਡੇ 'ਤੇ ਵਰਤਾ ਕੇ ਦਿਖਾਈਆਂ। ਜਿਹੜੇ ਖਾਣਾ ਬਣਾਇਆ ਨਾ, ਗੁਰੂ ਅਰਜਨ ਪਾਤਸ਼ਾਹ ਤੱਤੀ ਤਵੀ 'ਤੇ ਵੀ ਬੈਠੇ ਨੇ, ਗੁਰੂ ਅਰਜਨ ਪਾਤਸ਼ਾਹ ਉੱਬਲਦੀ ਦੇਗ ਵਿੱਚ ਵੀ ਉੱਬਲੇ ਨੇ, ਗੁਰੂ ਅਰਜਨ ਪਾਤਸ਼ਾਹ ਦੇ ਸੀਸ ਉੱਤੇ ਉੱਬਲਦੀ ਰੇਤ ਵੀ ਪਾਈ, ਉਹਦੇ ਨਾਲ ਭੁੰਨਿਆ ਗਿਆ ਸੀ। ਗੁਰੂ ਕਹਿਣ ਲੱਗੇ, ਪੁੱਤ ਇਹੋ ਜਿਹਾ ਖਾਣਾ ਤੈਨੂੰ ਹੋਰ ਥਾਂ 'ਤੇ ਨਹੀਂ ਮਿਲਣਾ। ਭੋਜਨ ਕੀਰਤਨ ਨੀਤ, ਮਾਲਕ ਇੱਕ ਕਿਰਪਾ ਕਰਿਓ ਜੇ ਬੱਚੀਆਂ ਦੀ ਝੋਲੀ ਵਿੱਚ ਉਹ ਹਰੀ ਜਸ ਦੀ ਦਾਤ ਪਾ ਦਿਓ, ਤਾਂ ਕਿ ਸਦੀਵ ਜੀਵਨ ਸੁਖੀ ਹੋ ਜਾਏ। ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪੱਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵੋ। ਅਤੇ ਪੀਣ ਦਾ ਹੀ ਕੀ ਹੈ, ਮੈਂ ਨਿੱਕੀਆਂ ਨਿੱਕੀਆਂ ਬੇਨਤੀਆਂ ਕਰ ਰਿਹਾ। ਸਿੱਖੀ ਦੋ ਭਾਂਡਿਆਂ 'ਚ ਪਰੋਸੀ ਹੋਈ ਹੈ, ਜਿਹਨੇ ਕਦੇ ਦੋ ਭਾਂਡੇ ਨਹੀਂ ਫੋਲੇ ਉਹਨੂੰ ਸਿੱਖੀ ਦੀ ਸਮਝ ਨਹੀਂ ਲੱਗ ਸਕਦੀ। ਨੰਬਰ ਇੱਕ, ਸਿੱਖੀ ਪਈ ਹੈ ਥਾਲ ਵਿੱਚ, ਨੰਬਰ ਦੋ, ਸਿੱਖੀ ਪਈ ਹੈ ਬਾਟੇ ਵਿੱਚ। ਸਾਡੇ ਖਾਣ ਲਈ ਥਾਲ ਵਿੱਚ ਤਿੰਨ ਵਸਤੂ ਪਈ ਹੋ, ਪੀਣ ਲਈ ਬਾਟੇ ਵਿੱਚੋਂ ਅੰਮ੍ਰਿਤ ਦੀ ਦਾਤ ਮਿਲਦੀ ਹੈ। ਸਾਹਿਬ ਜੀ ਆਖਦੇ ਨੇ, ਕਹਿਣ ਲੱਗੇ, ਅੰਮ੍ਰਿਤ ਪੀਵੋ, ਤੁਹਾਨੂੰ ਪੀਣ ਲਈ ਅੰਮ੍ਰਿਤ ਮਿਲੇ। ਅੰਮ੍ਰਿਤ ਪੀਵੋ, ਸਦਾ ਚਿਰ ਜੀਵੋ, ਸਦੀਵੀ ਜੀਵਨ ਮਿਲੇ, ਅੰਦਰੂਨੀ ਜੀਵਨ ਸਦੀਵੀ ਮਿਲੇ। ਅੰਮ੍ਰਿਤ ਪੀਵੋ, ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ। ਤੁਹਾਡੇ ਜੀਵਨ ਵਿੱਚੋਂ ਰੱਬ ਦੀ ਯਾਦ ਦਾ ਸਦਕਾ ਸਦੀਵ ਆਨੰਦ ਬਣਿਆ ਰਹੇ। ਇੱਕ ਉੱਚੀਆਂ ਉਡਾਰੀਆਂ ਮਾਰੋ, ਰੰਗ ਤਮਾਸ਼ਾ। ਸਮਾਂ ਬਹੁਤ ਥੋੜ੍ਹਾ ਮੇਰੇ ਕੋਲ, ਮੈਂ ਸਿਰਫ ਇਸ਼ਾਰੇ ਕਰ ਰਿਹਾ। ਰੰਗ ਤਮਾਸ਼ਾ, ਇਹ ਦੁਨੀਆਂ ਦੇ ਜਿੰਨੇ ਵੀ ਪਿਕਚਰ ਨੇ, ਨਾਟਕ ਨੇ, ਕੋਈ ਵੀ ਸਟੇਜ ਡਰਾਮਾ, ਕੋਈ ਵੀ ਚੀਜ਼ ਲੈ ਲਓ, ਇਹ ਜਿਤਨੇ ਵੀ ਰੰਗ ਤਮਾਸ਼ੇ ਨੇ ਨਾ, ਇਹਨਾਂ ਨੂੰ ਵੇਖਣ ਤੋਂ ਬਾਅਦ ਬੰਦੇ ਦੇ ਮਨ ਵਿੱਚ ਪਛਤਾਵਾ ਹੁੰਦਾ। ਕਦੇ ਵੀ ਨਹੀਂ ਹੋਇਆ, ਤੁਸੀਂ 100 ਰਾਜੇ ਦੀ ਪਿਕਚਰ ਦੇਖ ਲਓ, ਭਾਵੇਂ ਭਈ ਉਹ ਰਾਜਾ ਸੀ, ਐਵੇਂ ਐਵੇਂ ਰੋਲ ਕਰਦਾ ਸੀ, ਪਰ ਤੁਸੀਂ ਰਾਜੇ ਨਹੀਂ ਬਣ ਸਕੋਗੇ, ਤੁਸੀਂ ਰਾਜੇ ਨਹੀਂ ਬਣ ਸਕੋ। ਕਦੇ ਮੁਰਾਦ ਪੂਰੀ ਨਹੀਂ ਹੁੰਦੀ। ਪਿਕਚਰ ਕੋਈ ਕਿੱਡੀ ਵਧੀਆ ਦੇਖ ਲਓ, ਭਾਵੇਂ ਗਜਬ ਦੀ ਹੋਵੇ, ਪਰ ਲੇਕਿਨ ਤੁਹਾਡੀ ਆਸ ਪੂਰੀ ਨਹੀਂ ਹੋਏਗੀ, ਆਓਗੇ ਖਾਲੀ। ਮਾਲਕ ਨੇ ਕਿੱਡੀ ਵੱਡੀ ਕਿਰਪਾ ਕੀਤੀ। ਕਹਿਣ ਲੱਗੇ, ਰੰਗ ਤਮਾਸ਼ਾ, ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਪੂਰਨ ਆਸਾ, ਅਤੇ ਕਦੇ ਰੰਗ ਤਮਾਸ਼ੇ ਨਾ ਹੋਣ, ਇਛਾਵਾਂ ਵੀ ਪੂਰੀਆਂ ਹੋਣ, ਤੁਸੀਂ ਐਨ ਆਨੰਦ ਨਾਲ ਜੀਉ ਸਕੋ। ਰੰਗ ਤਮਾਸ਼ਾ, ਪੂਰਨ ਆਸਾ, ਕਦੇ ਨਾ ਵਿਆਪੇ ਚਿੰਤਾ, ਕਦੇ ਚਿੰਤਾ ਫਿਕਰ ਝੋਰੇ ਵਿੱਚ ਜੀਵਨ ਨਹੀਂ ਗੁਜ਼ਰੇਗਾ। ਅੰਮ੍ਰਿਤ ਪੀਵੋ, ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ। ਰੰਗ ਤਮਾਸ਼ਾ, ਪੂਰਨ ਆਸਾ, ਕਦੇ ਨਾ ਵਿਆਪੇ ਚਿੰਤਾ, ਭਵਰ ਤੁਮਾਰਾ ਇਹ ਮਨ ਹੋਵੋ। ਮਨ ਜਿਹੜਾ ਉਹ ਭੌੜੇ ਦੀ ਤਰ੍ਹਾਂ ਬਣ ਜਾਏ, ਹਰ ਚਰਨਾ ਉਹ ਕੌਲਾ, ਅਤੇ ਮਾਲਕ ਦੇ ਜਿਹੜੇ ਚਰਨ ਨੇ ਉਹ ਇੱਕ ਕਮਲ ਫੁੱਲ ਵਰਗੇ ਬਣ ਜਾਣ। ਮੇਰਾ ਮਨ ਭੌੜੀ ਦੀ ਤਰ੍ਹਾਂ ਬਣ ਜਾਏ,
ਤੇ ਮਾਲਕ ਦੇ ਜਿਹੜਾ ਉਪਦੇਸ਼ ਹੈ ਉਹ ਕਮਲ ਫੁੱਲ ਵਰਗਾ ਬਣ ਜਾਏ। ਨਾਨਕ ਦਾਸ ਉਨ ਸੰਗ ਲਪਟਾਇਓ, ਮੇਰਾ ਮਨ ਸਦਾ ਹੀ ਉਹਦੇ ਨਾਲ ਜੁੜਿਆ ਰਹੇ। ਜਿਉਂ ਬੂੰਦੈ ਚਾਤਰਕ ਮੌਲਾ, ਚਾਤਰਕ ਦਾ ਅਰਥ ਹੁੰਦਾ ਬਬੀਹਾ। ਬਸ ਆਖਰੀ ਗੱਲ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ। ਬਬੀਹੇ ਨੂੰ ਕੁਦਰਤ ਨੇ ਕਿਹੋ ਜਿਹਾ ਬਣਾਇਆ ਵੀ ਉਹਦੇ ਗਲੇ ਕੋਲ ਛੇਕ ਹੁੰਦਾ ਹੈ, ਗਲੇ ਕੋਲ ਇੱਥੇ ਛੇਕ ਹੁੰਦਾ, ਜੇ ਉਹ ਪਾਣੀ ਪੀਂਦਾ ਛੇਕ ਰਾਹੀਂ ਪਾਣੀ ਬਾਹਰ ਆ ਜਾਂਦਾ। ਹੁਣ ਪਿਆਸ ਤੇ ਤਾਂ ਬੁਝੇਗੀ ਜੇ ਪਾਣੀ ਅੰਦਰ ਜਾਏਗਾ। ਫਿਰ ਬਬੀਹਾ ਕੀ ਕਰਦਾ ਹੈ, ਜਿਤਨਾ ਵੀ ਦਰਿਆ ਸਮੁੰਦਰ ਜਿੰਨਾ ਮਰਜ਼ੀ ਪਾਣੀ ਭਰਿਆ ਪਿਆ ਹੋਵੇ, ਬਬੀਹਾ ਨਹੀਂ ਪੀ ਸਕਦਾ। ਉਹ ਫਿਰ ਮਾਲਕ ਅੱਗੇ ਅਰਦਾਸ ਕਰਦਾ, ਨਿਰੰਕਾਰ ਅੱਗੇ ਅਰਦਾਸ ਕਰਦਾ। ਗੁਰਬਾਣੀ ਵਿੱਚ ਜ਼ਿਕਰ ਆਇਆ ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘਾਂ ਨੂੰ ਫੁਰਮਾਨ ਹੋਆ, ਬਰਸੋ ਕਿਰਪਾ ਧਾਰ। ਫਿਰ ਜਦੋਂ ਮੀਂਹ ਪੈਂਦਾ, ਬਬੀਹਾ ਆਪਣਾ ਮੂੰਹ ਖੋਲ੍ਹ ਕੇ ਬੈਠ ਜਾਂਦਾ, ਮੂੰਹ ਅੱਡ ਕੇ ਬੈਠ ਜਾਂਦਾ। ਸਿੱਧੀਆਂ ਕਣੀਆਂ ਜਿਹੜੀਆਂ ਬਬੀਹੇ ਦੇ ਮੂੰਹ ਵਿੱਚ ਪੈ ਜਾਂਦੀਆਂ ਨੇ, ਉਹਦੇ ਨਾਲ ਬਬੀਹਾ ਸ਼ਾਂਤ ਹੋ ਜਾਂਦਾ। ਉਹਨੂੰ ਦੁਨਿਆਵੀ ਪਾਣੀ ਨਾਲ ਕੋਈ ਵਾਸਤਾ ਨਹੀਂ, ਅਤੇ ਉਹ 'ਤੇ ਮਾਲਕ ਦੇ ਚਰਨਾਂ ਵਿੱਚ ਇੱਕੋ ਹੀ ਟੇਕ ਭਰੋਸਾ ਰੱਖਦਾ, ਤਾਂ ਹੀ ਰੱਬ ਮੀਂਹ ਪਾ ਦਿੰਦਾ। ਮਾਲਕ ਦੇ ਅੰਮ੍ਰਿਤਮਈ ਬਚਨ ਦੇ ਵਿੱਚੋਂ ਤੱਤ ਭਾਵ ਇਹ ਮਿਲਦਾ ਹੈ, ਪਬਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ, ਜੋ ਬੂੰਦੈ ਚਾਤਰ ਕਮੌਲਾ। ਦੁਨਿਆਵੀ ਬੇਅੰਤ ਤਰ੍ਹਾਂ ਦੀ ਪਿਆਸ ਸਾਨੂੰ ਲੱਗਦੀ ਹੈ ਅਤੇ ਉਹਦਾ ਅਸੀਂ ਹੱਲ ਵੀ ਕੱਢ ਲੈਂਦੇ ਹਾਂ। ਮਾਲਕ ਜੀ, ਜਿਹੜੀ ਤੇਰੇ ਨਾਮ ਦੀ ਪਿਆਸ ਹੈ ਉਹ ਲੱਗ ਜਾਏ, ਅਤੇ ਉਹ ਇਵੇਂ ਦੀ ਲੱਗੇ ਜਿਵੇਂ ਬਬੀਹੇ ਦੀ ਪਿਆਸ ਹੁੰਦੀ ਹੈ, ਅਤੇ ਉਹ ਕੇਵਲ ਅਤੇ ਕੇਵਲ ਸੁਆਂਤੀ ਬੂੰਦ ਨਾਲ ਹੀ ਸ਼ਾਂਤ ਹੁੰਦਾ, ਉਸ ਤੋਂ ਬਿਨਾਂ ਉਹਨੂੰ ਸ਼ਾਂਤ ਨਹੀਂ ਹੁੰਦਾ। ਮੈਂ ਤੇਰੇ ਨਾਮ ਨਾਲ ਹੀ ਸ਼ਾਂਤ ਹੋਵਾਂ, ਕਿਰਪਾ ਕਰਿਓ ਜੇ ਇਹਨਾਂ ਬੱਚਿਆਂ ਦੀ ਝੋਲੀ ਵਿੱਚ ਉਹ ਦਾਤ ਪਾਇਓ। ਸਤਿਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਰਹਿਮਤ ਬਖਸ਼ੇ, ਇਹਨਾਂ ਬੱਚਿਆਂ ਨੂੰ ਲੰਮੀ ਉਮਰ ਬਖਸ਼ੇ। ਗੁਰਮੁਖ ਪਿਆਰੇ ਸਰਦਾਰ ਕਰਤਾਰ ਸਿੰਘ ਜੀ, ਮਾਤਾ ਮਹਿੰਦਰ ਕੌਰ ਜੀ ਅਤੇ ਉਹਨਾਂ ਦੇ ਪਰਿਵਾਰ ਵਿੱਚ ਖਿੜੇ ਹੋਏ ਫੁੱਲ ਨੇ, ਜਿਹੜੀਆਂ ਰਿਸ਼ਤੇ ਵਜੋਂ ਪੁੱਤਰੀਆਂ ਨੇ, ਗੁਰਮੁਖ ਪਿਆਰੇ ਪ੍ਰੀਤਮ ਸਿੰਘ ਜੀ ਅਤੇ ਬੀਬੀ ਮਨਿੰਦਰ ਕੌਰ ਜੀ, ਇਹ ਬੱਚਾ ਅਤੇ ਬੱਚੀ ਨੇ, ਇਹਨਾਂ ਦੇ ਘਰ ਵਿੱਚ ਇਹਨਾਂ ਬੱਚੀਆਂ ਦਾ ਜਨਮ ਹੋਇਆ। ਏਕਾਕਿਸ਼ੀਆ ਕੌਰ ਜੀ ਅਤੇ ਰਸਨਾ ਕੌਰ ਜੀ ਨੂੰ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ, ਅੱਜ ਦਸਵਾਂ ਇਹ ਜਨਮ ਦਿਨ ਮਨਾ ਰਹੇ ਨੇ। ਗੁਰੂ ਰਹਿਮਤ ਕਰੇ, ਇਹਨਾਂ ਦੇ ਜੀਵਨ ਵਿੱਚ ਸਦੀਵ ਚਾਨਣ ਹੋਵੇ। ਨਾਨਕੇ ਪਰਿਵਾਰ ਵੱਲੋਂ ਚਾਨਣਾ ਪਰਿਵਾਰ ਹੈ, ਅਤੇ ਆਪ ਸਮਝਦੇ ਹੋ ਸਾਰੀ ਗੱਲ ਨੂੰ। ਸਤਿਗੁਰੂ ਸਾਰਿਆਂ ਦੇ ਉੱਤੇ ਮਿਹਰ ਕਰੇ, ਗੁਰੂ ਚਰਨਾਂ ਨਾਲ ਜੁੜ ਜਾਈਏ, ਇਤਨੀ ਬੇਨਤੀ ਪ੍ਰਵਾਨ ਕਰਿਓ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।